ਲੋ ਜੀ ਤੁਹਾਨੂੰ ਅਵੈਸ ਭਾਈ ਦਾ ਜਿਹੜਾ ਉਹ ਦਿਖਾਉਂਦੇ ਹਾਂ ਸੈਟਅਪ ਤੇ ਮਾਸ਼ਾਅੱਲਾ ਇਹ ਸੈਟਅਪ ਹੀ ਸਾਰਾ ਇਹ ਜਿਹੜਾ ਚਾਰਾ ਵਗੈਰਾ ਉਹਨਾਂ ਨੇ ਲਗਾਇਆ ਹੋਇਆ ਤੇ ਜਵਾਰ ਲੱਗੀ ਹੈ ਤੇ ਇਹ ਸਾਰੀ ਜਗ੍ਹਾ ਇਹਨਾਂ ਜਾਨਵਰਾਂ ਦੀ ਖਿਦਮਤ ਵਾਸਤੇ ਬਣਾਈ ਗਈ ਹੈ ਜੀ ਤੇ ਉਹਨਾਂ ਦਾ ਚਾਰਾ ਵਗੈਰਾ ਵੀ ਇੱਥੇ ਲਗਾਇਆ ਗਿਆ ਪਰ ਦੇਖੋ ਅਸਲ ਦਿਖਾਉਣ ਦਾ ਮਕਸਦ ਇਹ ਹੈਗਾ ਕਿ ਉਹਨਾਂ ਦਾ ਸੈਟਅਪ ਤੁਹਾਨੂੰ ਦਿਖਾਇਆ ਜਾਵੇ ਕਿੰਨੀ ਖੁੱਲੀ ਜਗ੍ਹਾ ਜਿਹੜੀ ਉਹਨਾਂ ਨੇ ਬਣਾਈ ਹੈ ਤਾਂ ਕਿ ਜਾਨਵਰ ਜਿਹੜੇ ਨੇ ਖੁਸ਼ ਰਹਿਣ ਕਿਉਂਕਿ ਆਮ ਦੇਖਿਆ ਗਿਆ ਕਿ ਲੋਕ ਜਿਹੜੇ ਘਰਾਂ ਦੇ ਵਿੱਚ ਜਾਨਵਰ ਕੈਦ ਕਰ ਦਿੰਦੇ ਨੇ ਨਾ ਉਹਨਾਂ ਦਾ ਸਾਹ ਨਿਕਲਦਾ ਨਾ ਉਹਨਾਂ ਨੂੰ ਵਿਚਾਰੇ ਨੂੰ ਕੋਈ ਸਕੂਨ ਆਉਂਦਾ ਤੇ ਅਵੈਸ ਭਾਈ ਨੇ ਦੇਖੋ ਮਾਸ਼ਾਅੱਲਾ ਸੈਟਅਪ ਜਿਹੜਾ ਨਾ ਕਿਸ ਤਰ੍ਹਾਂ ਦਾ ਬਣਾਇਆ ਕਿ ਤੁਹਾਨੂੰ ਦਿਖਾਉਂਦੇ ਹਾਂ ਦੇਖੋ ਗੇਟ ਬਣਿਆ ਅਵੈਸ ਭਾਈ ਸਾਡੇ ਨਾਲ ਨੇ ਜਿਹੜੇ ਕਿ ਤੁਹਾਨੂੰ ਅਸੀਂ ਜਾਨਵਰ ਵੀ ਦਿਖਾਵਾਂਗੇ ਤੇ ਇਹ ਦੇਖੋ ਕਿਸ ਤਰ੍ਹਾਂ ਬਾਦਸ਼ਾਹ ਦਾ ਉਹਨਾਂ ਨੇ ਦਰਵਾਜ਼ਾ ਗੇਟ ਬਣਾਇਆ ਹੋਇਆ ਪੂਰੇ ਬਾਂਸ ਇਹ ਦੇਖੋ ਜੇਕਰ ਤੁਸੀਂ ਵੀ ਬਣਾਉਣਾ ਚਾਹੋ ਤੇ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਜੀ ਇਹਦੇ 'ਚ ਇਹ ਨਹੀਂ ਹੈਗਾ ਕਿ ਬੜੇ ਲੋਕ ਕਹਿੰਦੇ ਨੇ ਜੀ ਅਸੀਂ ਹੁਣ ਕੀ ਕਰੀਏ ਇਹਦੇ ਉੱਤੇ ਪੈਸੇ ਬੜੇ ਲੱਗਦੇ ਨੇ ਅਤੇ ਪੈਸੇ ਉਹ ਕੋਈ ਨਹੀਂ ਐਡਾ ਕੋਈ ਪੈਸਿਆਂ ਨਾਲ ਸਿਰਫ ਗੱਲ ਮੁਹੱਬਤ ਦੀ ਅਤੇ ਸ਼ੌਕ ਦੀ ਹੈ ਜਦੋਂ ਤੁਸੀਂ ਤਹੀਆ ਕਰ ਲਓਗੇ ਨਾ ਜਨਾਬ ਕਿ ਅਸੀਂ ਵੀ ਇਸ ਤਰ੍ਹਾਂ ਦਾ ਜਿਹੜਾ ਬਣਾਉਣਾ ਹੈ ਔਰ ਇਸ ਤਰ੍ਹਾਂ ਦਾ ਜਿਹੜਾ ਉਹ ਕੰਮ ਕਰਨਾ ਤੇ ਇਨਸ਼ਾਅੱਲਾ ਤਾਲਾ ਅੱਲਾ ਪਾਕ ਤੁਹਾਡੀ ਖੁਦ ਜਿਹੜੀ ਇਸ ਕੰਮ ਦੇ ਵਿੱਚ ਮਦਦ ਕਰਨਗੇ ਤੇ ਇਹ ਦੇਖੋ ਅਵੈਸ ਭਾਈ ਨੇ ਪਾਣੀ ਵਾਸਤੇ ਹਰਦੀ ਵੀ ਬਣਾਈ ਹੈ ਤੇ ਜਾਨਵਰ ਜਿਹੜੇ ਨੇ ਉਹ ਪਾਣੀ ਪੀਂਦੇ ਨੇ ਤੇ ਇਹ ਦੇਖੋ ਮਾਸ਼ਾਅੱਲਾ ਕੁੜੀ ਉਹ ਚੱਲੀ ਜੇ ਸਾਹਮਣੇ ਹੁਣ ਪੂਰੀ ਜਗ੍ਹਾ ਜਿਹੜੀ ਇਹ ਸਾਹਮਣੇ ਜਿੰਨੀ ਵੀ ਪੂਰੀ ਜਗ੍ਹਾ ਇਹ ਸਾਰੀ ਇਹਦੇ ਟੋਰੇ ਫੇਰੇ ਵਾਸਤੇ ਔਰ ਇੱਕ ਹੋਰ ਤੁਹਾਨੂੰ ਮੈਂ ਬੜੀ ਇਹਦੇ ਵਿੱਚ ਚੀਜ਼ ਦੱਸਾਂ ਕਿ ਅਗਰ ਜਿੰਨਾ ਜਾਨਵਰ ਖੁੱਲ੍ਹਾ ਫਿਰੇਗਾ ਓਨਾ ਹੀ ਉਹਦੀ ਗਰੋਥ ਅੱਛੀ ਹੋਏਗੀ ਉਹਦਾ ਕੱਦ ਅੱਛਾ ਹੋਏਗਾ ਉਹਦਾ ਜਿਹੜਾ ਹੈਗਾ ਤਰੀਕਾਕਾਰ ਜਿਹੜਾ ਜਿਸਮਾਨੀ ਤੌਰ ਦੇ ਉੱਤੇ ਘੋੜਾ ਘੋੜੀ ਉਹ ਫਿੱਟ ਰਹਿਣਗੇ ਜੀ ਅਸਲਾਮ ਵਾਲੇਕਮ ਜੀ ਅੱਜ ਅਸੀਂ ਆਪਣੇ ਸਬਸਕ੍ਰਾਈਬਰ ਵੀਰ ਭਰਾ ਕਿਉਂਕਿ ਇਹ ਸਾਰੇ ਸਾਡੀ ਫੈਮਿਲੀ ਨੇ ਸਾਡੇ ਦੋਸਤ ਨੇ ਅਸੀਂ ਇੱਕੋ ਹੀ ਸ਼ੌਕ ਦੇ ਔਰ ਸ਼ੌਕ ਵੀ ਕੋਈ ਆਮ ਸ਼ੌਕ ਨਹੀਂ ਨਵੀਆਂ ਪੈਗੰਬਰਾਂ ਦਾ ਸ਼ੌਕ ਜਨਾਬ ਤੇ ਇਸ ਸ਼ੌਕ ਦੇ ਹਮ ਸਫ਼ਰ ਨੇ ਸਾਡੇ ਅਵੈਸ ਭਾਈ ਵੀ ਤੇ ਇਨਸ਼ਾਅੱਲਾ ਅਵੈਸ ਭਾਈ ਦੇ ਕੋਲ ਅਸੀਂ ਆਏ ਹਾਂ ਇਹ ਜਗ੍ਹਾ ਜਿਹੜੀ ਹੈਗੀ ਉਹ ਤੁਹਾਨੂੰ ਮੈਂ ਦੱਸ ਦੇਣਾ ਵੀਡੀਓ ਦੀ ਇੱਕ ਵਾਰੀ ਦੱਸ ਵੀ ਚੁੱਕਿਆ ਲੇਕਿਨ ਮੈਂ ਕਿਹਾ ਚਲੋ ਵੀਰਾਂ ਦੇ ਨਾਲ ਔਨ ਕੈਮਰਾ ਵੀ ਗੱਲਬਾਤ ਹੋ ਜਾਵੇ ਇਸ ਟਾਈਮ ਮੈਂ ਹੈਗਾ ਜੀ ਖਾਰੀਆਂ ਦੇ ਕੋਲ ਉਹ ਜਗ੍ਹਾ ਮਜ਼ੀਦ ਜਿਹੜਾ ਤੁਹਾਨੂੰ ਪਤਾ ਮੈਂ ਥੋੜ੍ਹਾ ਜਿਹਾ ਭੁੱਲ ਵੀ ਜਾਣਾ ਤੁਹਾਨੂੰ ਅਵੈਸ ਭਾਈ ਖੁਦ ਦੱਸ ਦੇਣਾ ਅਵੈਸ ਭਾਈ ਦੱਸੋ ਆਪਣਾ ਜਿਹੜਾ ਹੈਗਾ ਨਾ ਦੁਬਾਰਾ ਫਿਰ ਐਡਰੈਸ ਦੱਸ ਦਿਓ ਕਿ ਆਪਣਾ ਜਿਹੜਾ ਇਹ ਇਲਾਕਾ ਜਿਹੜਾ ਹੈਗਾ ਆਪਣਾ ਕਿਹੜਾ ਇਲਾਕਾ ਖਾਰੀਆਂ ਤੋਂ ਕਿੰਨਾ ਕੁ ਦੂਰ ਹੈਗਾ ਖਾਰੀਆਂ ਦੀ 14 ਕਿਲੋਮੀਟਰ ਹੈ ਮਿਰਜ਼ਾ ਤਾਹਿਰ ਗਾਉਂ ਦਾ ਨਾਂ ਹੈ ਮਿਰਜ਼ਾ ਤਾਹਿਰ ਜੀ ਠੀਕ ਹੈ ਇਹ ਉਹਨਾਂ ਦੇ ਨਾਮ ਦੇ ਉੱਤੇ ਬਣਿਆ ਹੋਇਆ ਬਿਲਕੁਲ ਠੀਕ ਹੋ ਗਿਆ ਤੇ ਅਵੈਸ ਭਾਈ ਤੁਸੀਂ ਇਹ ਦੱਸੋ ਕਿ ਲੋਕ ਕਹਿੰਦੇ ਨੇ ਕਿ ਜੀ ਸਾਡੇ ਕੋਲ ਅਸੀਂ ਦੱਸੋ ਜੀ ਹੁਣ ਘੋੜੇ ਤਾਂ ਅਸੀਂ ਲੈ ਲਈਏ ਅਸੀਂ ਤਾਂ ਪਹਿਲੀ ਵਾਰੀ ਲੈਂਦੇ ਪਏ ਹੁਣ ਅਸੀਂ ਕਰੀਏ ਕਿ ਘੋੜਾ ਤਾਂ ਅਸੀਂ ਲੈ ਲਿਆ ਹੁਣ ਅਸੀਂ ਰੱਖੀਏ ਕਿੱਥੇ ਅਸੀਂ ਹੁਣ ਉਹਨੂੰ ਪਾਈਏ ਕੀ ਤੇ ਉਹ ਲੋਕ ਜਿਹੜਾ ਨਾ ਬਹੁਤ ਸਾਰੇ ਮੇਰੇ ਨਾਲ ਸਵਾਲ ਕਰਦੇ ਨੇ ਤੇ ਮੇਰੇ ਹੁਣ ਦੇਣ ਦੇ ਵਿੱਚ ਆਇਆ ਮੈਂ ਕਿਹਾ ਕਿਉਂ ਨਾ ਫਿਰ ਮੈਂ ਹਰ ਚੀਜ਼ ਦੇ ਕੋਲੇ ਆ ਜੂਗਿਆ ਤੁਹਾਡੇ ਕੋਲੇ ਮਾਸ਼ਾਅੱਲਾ ਮੁਕੰਮਲ ਇੱਕ ਸੈਟਅਪ ਬਣਿਆ ਹੋਇਆ ਤੇ ਚਲੋ ਅਸੀਂ ਪਹਿਲਾਂ ਸ਼ੁਰੂ ਕਰਨੇ ਆ ਕਿ ਇਹ ਹੌਦੀ ਤੋਂ ਹੀ ਲੈ ਲੈਂਦੇ ਹਾਂ ਕਿ ਇਹ ਹੌਦੀ ਮਾਸ਼ਾਅੱਲਾ ਤੁਸੀਂ ਬਣਾਈ ਹੈ ਇਹਦੀ ਜਿਹੜੀ ਹੈਗੀ ਇਹ ਚੌੜਾਈ ਲੰਬਾਈ ਇਹ ਕਿੰਨੇ ਯਾਨੀ ਕਿ ਇੱਕ ਡੰਗਰ ਵਾਸਤੇ ਇੱਕ ਹੀ ਜ਼ਰੂਰੀ ਹੈ ਜਾਂ ਇਹਦੇ ਉੱਤੇ 2-3 ਡੰਗਰ ਵੀ ਰੱਖੇ ਜਾਣ ਤੇ ਇੱਕੋ ਹੌਦੀ ਪੂਰੀ ਪੈ ਜਾਂਦੀ ਚਾਰ ਵੀ ਪਾਣੀ ਪੀ ਸਕਦੇ ਨੇ ਉਹ ਕੋਈ ਮਸਲਾ ਨਹੀਂ ਵਾਰੀ ਵਾਰੀ ਸਿਰ ਪੀ ਲੈਂਦੇ ਨੇ ਜਿਹੜੀ ਇਹਨੇ ਵੀ ਚਾਰ ਡੰਗਰ ਹੋਵੇ ਤਾਂ ਚਾਰ ਹੀ ਹੌਦੀਆਂ ਬਣਾ ਦਿਓ ਉਹ ਕੁਝ ਵੀ ਨਹੀਂ ਹੁੰਦਾ ਇੱਕ ਹੌਦੀ ਬਣਾਓ ਤੇ ਇੱਕ ਹੌਦੀ ਜਿਹੜੀ ਹੈ ਉਹ ਮੁਕੰਮਲ ਤੌਰ ਤੇ ਇਸ ਤਰ੍ਹਾਂ ਦੀ ਬਣਾਈਏ ਜੀ ਤੇ ਕਿੰਨੇ ਕੁ ਪੈਸੇ ਲੱਗ ਜਾਂਦੇ ਨੇ ਇਹਦੇ ਤੇ ਹੌਦੀ ਬਣਾਉਣ ਤੇ ਕਿੰਨੇ ਕੁ ਪੈਸੇ ਲੱਗ ਜਾਣਗੇ ਤਕਰੀਬਨ ਇਹਦੇ ਤੇ 12-1300 ਰੁਪਏ ਖਰਚਾ ਆ ਜਾਂਦਾ ਸਿਰਫ 12-1300 ਰੁਪਏ ਤੇ ਇਹ ਯਾਨੀ ਕਿ ਕਿੰਨੀ ਕੁ ਦੇਰ ਖਲੋਤੀ ਰਹੇਗੀ ਲਾਈਫ ਟਾਈਮ ਖਲੋਤੀ ਰਹੇਗੀ ਜੇ ਮਜ਼ਬੂਤ ਕਰਕੇ ਸੀਮੈਂਟ ਤੇਜ਼ ਪਾ ਕੇ ਤੇ ਬਣਾ ਦੇਗੇ ਬਿਲਕੁਲ ਉਹ ਲਾਈਫ ਟਾਈਮ ਹੈ ਉਹ ਲਾਈਫ ਟਾਈਮ ਉਹ ਜਾਂਦੀ ਹੀ ਨਹੀਂ ਤੇ ਡੰਗਰ ਪਾਣੀ ਪੀਂਦਾ ਰਹੇਗਾ ਇਹਦੇ ਉੱਤੇ ਕੋਲੋਂ ਤੇ ਇਹਦੇ ਵਿੱਚ ਪਾਣੀ ਖਰਾਬ ਵੀ ਨਹੀਂ ਹੋਵੇਗਾ ਜਾਂ ਕਿ ਚੇਂਜ ਕਰਨ ਵਾਸਤੇ ਕੋਈ ਚੀਜ਼ ਇੱਥੇ ਬਣਾਈ ਹੋਈ ਜਿਹਨੂੰ ਪਾਣੀ ਕੱਢ ਦਿੰਦੇ ਜੇ ਠੀਕ ਹੈ ਲਓ ਜੀ ਪੈਪ ਵੀ ਅਦਲੇ ਪਾਸੋਂ ਲਾਇਆ ਤਾਂ ਕਿ ਜਿਹੜਾ ਨਾ ਇਹ ਇਹਦੇ ਵਿੱਚੋਂ ਪਾਣੀ ਲੀਕੇਜ ਹੁੰਦਾ ਰਹੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਜਨਾਬ ਅਸੀਂ ਤੁਹਾਨੂੰ ਤਾਂ ਦੱਸਦੇ ਪਏ ਹਾਂ ਕਿ ਜਿਹੜੇ ਨਵੇਂ ਸ਼ੌਕੀਨ ਨੇ ਔਰ ਜਿਹੜੇ ਹਾਲੇ ਸੋਚਦੇ ਪਏ ਨੇ ਜੀ ਅਸੀਂ ਘੋੜੀ ਲਈਏ ਕਿ ਨਾ ਲਈਏ ਘੋੜੀ ਲਈਏ ਵੱਡਿਆਂ ਨਾਲ ਕਿਸੇ ਨਾਲ ਗੱਲ ਕਰੋਗੇ ਤੇ ਉਹ ਕਹਿੰਦਾ ਛੱਡ ਯਾਰ ਘੋੜੀ ਨੂੰ ਮੈਂ ਹੀ ਲੈ ਲੈ ਚਾਰ ਸਿਰ ਦੁੱਧ ਤਾਂ ਦੇਗੀ ਘੋੜੀ ਲਾ ਕੇ ਕਿੱਲੇ ਦੀ ਚੱਕੇਗਾ ਆਪਣੀ ਆਪਣੀ ਸੋਚ ਹੈ ਆਪਣਾ ਆਪਣਾ ਅਕੀਦਾ ਆਪਣਾ ਆਪਣਾ ਇਹਤਰਾਮ ਹੈ ਤੇ ਆਪਣੀ ਆਪਣੀ ਦੇਣ ਦੀ ਗੱਲ ਹੈਗੀ ਹੈ ਕਈ ਐਸੇ ਜਾਨਵਰ ਹੈਗੇ ਨੇ ਔਰ ਜਿਹੜੇ ਐਸੇ ਸ਼ੌਕੀਨ ਹੈਗੇ ਨੇ ਮੈਂ ਕਹਿੰਦਾ ਉਹ 100 ਮੱਝਾਂ ਰੱਖ ਕੇ ਵੀ ਉਹ ਕਹਿੰਦੇ ਨੇ ਭਾਈ ਜੀ ਨਹੀਂ ਜੋ ਨਸ਼ਾ ਇਹਦਾ ਔਰ ਬਰਕਤ ਹੈ ਔਰ ਬਰਕਤ ਹੈ ਅਸੀਂ ਅਵੈਸ ਭਾਈ ਨਾਲ ਉਸ ਟੌਪਿਕ ਤੇ ਵੀ ਉਸ ਤੇ ਵੀ ਗੱਲਾਂ ਕਰਾਂਗੇ ਔਰ ਇਹਨਾਂ ਕੋਲੋਂ ਫਾਇਦਾ ਵੀ ਚੁੱਕਾਂਗੇ ਔਰ ਪੁੱਛਾਂਗੇ ਵੀ ਕਿ ਇਸ ਤਰ੍ਹਾਂ ਕਿਉਂ ਹੁੰਦਾ ਤੇ ਜਨਾਬ ਪਹਿਲੇ ਤੇ ਗੱਲ ਹੁੰਦੀ ਪਈ ਸੀ ਹੌਦੀ ਦੀ ਇਹਦੇ ਤੇ 1200 ਰੁਪਇਆ ਜਨਾਬ ਹੌਦੀ ਦੇ ਉੱਤੇ ਲੱਗਦਾ ਤੇ ਇਹ 2-3 ਡੰਗਰਾਂ ਵਾਸਤੇ ਪਾਣੀ ਵਾਸਤੇ ਬਿਹਤਰੀਨ ਹੈ ਛਾਂ ਅਗਰ ਤੁਹਾਡੇ ਕੋਲ ਕੋਈ ਹੋਵੇ ਤੁਸੀਂ ਧਾਰਾ ਵੀ ਪਾ ਸਕਦੇ ਜੀ ਛੱਪੜ ਵੀ ਪਾ ਸਕਦੇ ਜੀ ਛੱਪੜ ਦੇ ਵਿੱਚ ਵੀ ਜਿਹੜਾ ਹੈਗਾ ਨਾ ਇਹ ਹੌਦੀ ਰੱਖ ਦਿਓਗੇ ਇੱਕ ਤੇ ਪਾਣੀ ਜਿਹੜਾ ਇਹ ਦੇਖੋ ਜੀ ਪਾਣੀ ਜਿਹੜਾ ਨਾ ਉਹ ਇੱਕ ਠੰਡਾ ਰਹੇਗਾ ਧੁੱਪੇ ਅਗਰ ਬਣਾਓਗੇ ਤਾਂ ਪਾਣੀ ਗਰਮ ਵੀ ਹੋ ਜਾਏਗਾ ਤੇ ਜੇਕਰ ਛਾਵੇਂ ਰੱਖੋਗੇ ਤਾਂ ਪਾਣੀ ਇਹਦਾ
ਠੀਕ ਰਹੇਗਾ ਔਰ ਜਾਨਵਰ ਖੁਸ਼ ਹੋ ਕੇ ਪੀਂਦਾ ਵੀ ਰਹੇਗਾ, ਸਰਦੀ ਚ ਆ ਕੇ ਧੁੰਦ ਵਗੈਰਾ ਪਵੇ ਦੀ ਉਹਦੇ ਦੀ ਬਚ ਜਾਏ, ਠੀਕ ਹੋ ਗਿਆ। ਅਵੈਦ ਭਾਈ ਇਹ ਜਿਹੜੀ ਤੁਸੀਂ ਬਣਾਏ ਨੇ ਇਹਦੇ ਨਾਲ ਇਹ ਪੂਰੀ ਲੈਂਥ ਜਿਹੜੀ ਹੈਗੀ ਹੈ ਜੀ, ਇਹ ਪੂਰੀ ਲੈਂਥ ਇੱਕ ਵਾਂਸ ਜਿਹੜਾ ਉਹ ਕਿੰਨੇ ਦਾ ਆ ਜਾਏਗਾ, ਯਾਨੀ ਕਿ ਇਹ ਤਿੰਨ ਹੁਣ ਵਾਂਸ ਜੇ ਇਹ ਤਿੰਨ ਵਾਂਸ ਕਿੰਨੇ ਦੇ ਨੇ ਔਰ ਇਹ ਤੁਹਾਡੇ ਇਹ ਪੂਰਾ ਜਿਹੜਾ ਏਰੀਆ ਇਹਦੇ ਉੱਤੇ ਕਿੰਨਾ ਖਰਚਾ ਤਕਰੀਬਨ ਆ ਗਿਆ ਖੁੱਲਾ ਡੁੱਲਾ? ਇਹ ਖੁੱਲਾ ਡੁੱਲਾ ਬਾਂਸਾਂ ਦਾ, ਜਿਹੜਾ ਬਾਂਸਾਂ ਦਾ ਤਕਰੀਬਨ ਆ ਗਿਆ ਜੇ ਖਰਚਾ ਸਾਡਾ 18-19 ਹਜ਼ਾਰ, 18-19 ਹਜ਼ਾਰ ਰੁਪਇਆ ਤੁਹਾਡਾ ਮੁਕੰਮਲ ਜਿਹੜਾ ਨਾ ਗਰਾਊਂਡਿੰਗ ਦੇ ਉੱਤੇ ਲੱਗ ਗਿਆ ਉਸ ਕੋਨੇ ਦੀ ਲੈ ਕੇ ਇਸ ਕੋਨੇ ਤੱਕ, ਠੀਕ ਹੋ ਗਿਆ। ਯਾਨੀ ਕਿ ਉਹ ਕੋਨੇ ਤੋਂ ਲੈ ਕੇ ਤੇ ਇਸ ਕੋਨੇ ਤੀਕਰ ਜੀ 18-19 ਹਜ਼ਾਰ ਰੁਪਏ ਦਾ ਖਰਚਾ।